ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਇੱਕ ਨਿੱਜੀ ਬੱਸ ਸਵਾਰੀਆਂ ਲੈ ਕੇ ਬੱਸ ਸਟੈਂਡ ਬਟਾਲਾ ਤੋਂ ਫਤਿਹਗੜ੍ਹ ਚੂਰੇ ਲਈ ਨਿਕਲੀ, ਜਦ ਇਹ ਬੱਸ ਸਟੈਂਡ ਤੋਂ 1 ਕਿਲੋਮੀਟਰ ਦੂਰੀ ਤੇ ਪਹੁੰਚੀ ਤਾਂ ਅੱਗੋਂ ਇੱਕ ਬਲੈਰੋ ਕਾਰ ਰੌਂਗ ਸਾਈਡ ਬੱਸ ਦੇ ਅੱਗੇ ਆ ਗਈ ਅਤੇ ਬੱਸ ਡਰਾਈਵਰ ਵੱਲੋਂ 40 ਬੱਸ ਦੂਜੀ ਸਾਈਡ ਤੇ ਜਾ ਕੇ ਰੁਕ ਗਈ। ਹਾਦਸਾ ਇੰਨਾ ਜ਼ਬਰਦਸਤ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲਿਆਂ ਨੂੰ ਲੱਗਦਾ ਨੀਂਦ ਆ ਗਈ ਸੀ, ਜੋ ਗਲਤ ਸਾਈਡ ਤੋਂ ਆ ਕੇ ਬੱਸ ਅੱਗੇ ਆਈ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਗਲਤੀ ਕਿਸ ਦੀ ਸੀ? ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਸਰ, ਇੱਥੋਂ ਫਰੇਗੜ੍ਹ ਬਟਾਲੇ ਨੂੰ ਬੱਸ ਆਉਣ ਡਈ ਆ, ਫਰੇਗੜ੍ਹ ਚੂੜੀਆਂ ਨੂੰ ਜਾਣ ਨੂੰ, ਤੇ ਇੱਥੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ, ਉਹਦੀ ਝੋਕ ਲੱਗ ਗਈ ਆ। ਬਲੈਰੋ ਫੁੱਟਪਾਥ ਤੋਂ ਦੂਜੇ ਬੰਨੇ ਗਈ, ਬੱਸ ਉੱਥੋਂ ਆਣ ਕੇ ਵੱਜੀ। ਹਾਂਜੀ, ਬੱਸ ਸਟੈਂਡ ਵੱਲ ਫਰੇਗੜ੍ਹ ਚੂੜੀਆਂ ਜਾਣੀ ਬਸ, ਇਹਦੇ ਝੋਕ ਲੱਗੀ ਬਲੈਰੋ ਵਾਲੇ ਫੁੱਟਪਾਥ ਦੇ ਉੱਤੇ ਨਿਗਾਰਤੀ ਆ ਇਹਨੇ। ਫਤਿਹਗੜ੍ਹ ਚੱਲੇ ਹਾਂ ਤੇ ਬੱਸ ਦਾ ਐਕਸੀਡੈਂਟ ਹੋ ਗਿਆ, ਬਲੈਰੋ ਗੱਡੀ ਨਾਲ ਵੱਜ ਗਈ। ਹਾਂਜੀ, ਕਿੰਨੀਆਂ ਸਵਾਰੀਆਂ ਚੱਕਰੀਆਂ ਹੋਈਆਂ? ਬੜੀਆਂ ਸਵਾਰੀਆਂ ਚੱਕਰੀਆਂ, ਬੜੇ ਲੱਗੀ, ਦੋਨਾਂ ਗੋਡਿਆਂ ਨੂੰ ਲੱਗੀ ਹੈ। ਤੇ ਕਸੂਰ ਕਿਹਦਾ ਸੀ ਪਤਾ ਲੱਗਾ? ਨਹੀਂ, ਮੈਨੂੰ ਨਹੀਂ ਜੇ ਪਤਾ ਕਸੂਰ ਦਾ, ਨਹੀਂ ਜੇ ਮੈਨੂੰ ਪਤਾ ਕਿਹਦੇ ਹਾਦਸਾ ਹੋਇਆ, ਕਿੱਥੇ ਹੋਇਆ ਤੇ ਕਿੱਦਾਂ ਹੋਇਆ? ਇਹ ਤਾਂ ਪੁੱਛੀ ਵਾਟਿਕਾ ਦੇ ਲਾਗੇ ਨਾ, ਸਾਡੇ ਮੁਨਸ਼ੀ ਨੇ ਫੋਨ ਆਇਆ, ਉਹਨਾਂ ਨੋਟ ਕਰਾਇਆ ਅਸੀਂ ਆਏ ਹਾਂ ਇੱਥੇ, ਅਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਅਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਹੈ ਫਤਿਹਗੜ੍ਹ ਚੂੜੀਆਂ ਜਾਣੀ ਸੀ, ਅਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ, ਇਹਨਾਂ ਨੂੰ ਉਹ ਡਿਵਾਈਡਰ ਇੱਧਰ ਨੂੰ ਪਾਰ ਕਰ ਗਈ ਆ ਅਤੇ ਬੱਸ ਜਿਹੜੀ ਆਉਂਦੀ ਹੁੰਦੀ ਉਹ ਵੀ ਡਿਵਾਈਡਰ ਪਾਰ ਕਰਕੇ ਆ ਸਾਹਮਣੇ ਖੜੀ ਰਹਿੰਦੇ। ਕਿੰਨੀਆਂ ਸਵਾਰੀਆਂ ਜ਼ਖਮੀ ਹੋਈਆਂ? ਸਵਾਰੀਆਂ ਉਹ ਦੋ ਜਣੇ ਸੀ, ਇਸ ਵੇਲੇ ਉਹ ਨਿੱਜਰ ਹੋਸਪਿਟਲ ਦੇ ਆਉਂਦੇ, ਦੋਨੋਂ ਜਣੇ ਰੈਫਰ ਕਰਦੇ ਆ, ਅਤੇ ਬੱਸ 'ਚ ਮਾਮੂਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਇਹਨਾਂ ਨੂੰ। ਹਾਂਜੀ, ਕਿਹਦਾ ਪਤਾ ਲੱਗਾ? ਕਸੂਰ ਵੇਖਣ ਡਿਆ ਜੀ, ਵੇਖ ਕੇ ਬਾਕੀ ਹਾਦਸਾ ਤੁਹਾਡੇ ਸਾਹਮਣੇ ਸਾਰੀ ਕਾਰਵਾਈ ਕਰ ਰਹੇ ਹਾਂ। ਹਾਂਜੀ।